ਬਠਿੰਡਾ ਡਾਵਾਲੀ ਨੈਸ਼ਨਲ ਮਾਰਗ ਨੂੰ ਚੌੜਾ ਕਰਨ ਤੇ ਪਿਛਲੇ 2 ਸਾਲਾਂ ਤੋਂ ਕਿਸਾਨਾਂ ਅਤੇ ਪ੍ਰਸ਼ਾਸਨ ਵਿਚਕਾਰ ਚੱਲ ਰਿਹਾ ਰੇੜਕਾ ਹੋਇਆ ਖਤਮ। ਦੱਸ ਦਈਏ ਕਿ ਜੋ ਬਠਿੰਡਾ ਡਾਵਾਲੀ ਨੈਸ਼ਨਲ ਹਾਈਵੇ ਮਾਰਗ ਨੂੰ ਚੌੜਾ ਕਰਨ ਤੇ ਕਿਸਾਨਾਂ ਅਤੇ ਪ੍ਰਸ਼ਾਸਨ ਵਿਚਕਾਰ ਪਿਛਲੇ 2 ਸਾਲ ਤੋਂ ਰੇੜਕਾ ਚੱਲ ਰਿਹਾ ਸੀ ਉਹ ਖਤਮ ਹੋ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅੱਜ ਸੰਗਤ ਮੰਡੀ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਬਲਾਕ ਪ੍ਰਧਾਨ ਕੁਲਵੰਤ ਰਾਏ ਸ਼ਰਮਾ ਨੇ ਕਿਹਾ ਹੈ ਕਿ ਅੱਜ ਡਿਪਟੀ ਕਮਿਸ਼ਨਰ ਨੂੰ ਮਿਲਿਆ ਗਿਆ ਅਤੇ ਕਿਸਾਨਾਂ ਵਿਚਕਾਰ ਸਹਿਮਤੀ ਬਣ ਕੇ ਪਿਛਲੇ 2 ਸਾਲਾਂ ਤੋਂ ਚੱਲ ਰਿਹਾ ਰੇੜਕਾ ਜੋ ਕਿ ਪ੍ਰਸ਼ਾਸਨ ਅਤੇ ਕਿਸਾਨਾਂ ਵਿਚਕਾਰ ਚੱਲ ਰਿਹਾ ਸੀ ਉਹ ਅੱਜ ਹੋਰ ਖਤਮ ਹੋ ਗਿਆ ਹੈ। ਇਸ ਬਾਰੇ ਬਲਾਕ ਪ੍ਰਧਾਨ ਨੇ ਹੋਰ ਕੀ ਕਿਹਾ ਤੁਹਾਨੂੰ ਸੁਣਾਉਂਦੇ ਹਾਂ। ਅੱਜ ਅਸੀਂ ਡੀ ਸਾਹਿਬ ਦੇ ਸੱਦੇ ਤੇ ਭਿੰਡੇ ਦਫ਼ਤਰ ਪਹੁੰਚੇ ਸੀਗੇ ਕਿਉਂਕਿ ਸਾਡਾ ਜਿਹੜਾ ਪਿਛਲਾ ਲੰਮੇ ਸਮੇਂ ਤੋਂ ਲਗਭਗ 2 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਸੀ ਜਿਹੜਾ ਬਠਿੰਡਾ ਡਾਬਾਈ ਰੋਡ ਦੇ ਉੱਪਰ ਰੇੜਕਾ ਚੱਲ ਰਿਹਾ ਸੀ ਰੇਟ ਨੂੰ ਲੈ ਕੇ। ਉਹ ਰੇਟ ਕੁਝ ਦਿਨ ਪਹਿਲਾਂ ਰਿਵਾਈਵ ਹੋ ਗਿਆ ਸੀਗਾ ਪਰ ਹਜੇ ਤੱਕ ਇਹਨਾਂ ਨੇ ਦਿੱਤਾ ਨਹੀਂ ਸੀਗਾ। ਇਹਦੇ ਵਿੱਚ ਇਹਨਾਂ ਨੇ ਕਹਿੰਦੇ ਸੀ ਵੀ ਸਾਨੂੰ ਕਬਜ਼ਾ ਦੇ ਦਿਓ। ਅਸੀਂ ਇਹਨਾਂ ਨੂੰ ਕਿਹਾ ਸੀ ਵੀ ਸਾਨੂੰ ਪੈਸੇ ਪਾਉਣੇ ਸ਼ੁਰੂ ਕਰ ਦਿਓ ਅਤੇ ਅਸੀਂ ਤੁਹਾਨੂੰ ਕਬਜ਼ਾ ਦੇ ਦਾਂਗੇ। ਜੋ ਅੱਜ ਲਗਭਗ ਮੁਕੰਮਲ ਹੋ ਗਿਆ, 4 ਜਣਿਆਂ ਦੇ ਪੈਸੇ ਇਹਨਾਂ ਨੇ ਪਰਸੋਂ ਪਹਿਲਾਂ ਪਾਤੇ ਪਥਰਾਲੇ ਦੇ, 12 ਜਣਿਆਂ ਦੇ ਸਵੇਰੇ ਇਹਨਾਂ ਨੇ ਪੈਸੇ ਪਾਉਣੇ ਆ ਅਤੇ ਵਿਦਿਨ ਜਿਹੜਾ 7 ਦਿਨ ਉਹਨਾਂ ਦੇ ਵਿੱਚ ਸਾਰੇ ਇਹ ਪੈਸੇ ਪਾ ਕੇ ਮੁਕੰਮਲ ਕਰ ਦੇਣਾ। ਸੋ ਇਹ ਜਿਹੜਾ ਸਾਡਾ ਰੇੜਕਾ ਸੀਗਾ ਇਹ ਮਤਲਬ ਖਤਮ ਹੋ ਗਿਆ। ਦੂਜਾ ਜਿਹੜਾ ਰਾਹਾਂ ਰੂਹਾਂ ਦਾ ਇਹ ਸਾਰਾ ਇਹਨਾਂ ਨੇ ਸਾਡਾ ਮੰਨ ਲਿਆ ਵੀ ਅਸੀਂ ਜੋ ਕੁਛ ਕਰਾਂਗੇ ਇਹ ਥੋੜ੍ਹਾ ਸਿਰੇ ਲਾ ਦਿਆਂਗੇ ਅਤੇ ਸੋ ਅਸੀਂ ਅੱਜ ਕੱਲ੍ਹ ਤੋਂ ਜਿਹੜਾ ਇਹ ਆਪਣਾ ਕੰਮ ਚਲਾ ਸਕਦੇ।